ਨਨਪੁੱਤ ਸਾਹਿਬ ਦੇ ਵਿੱਚ ਜਿੱਥੇ ਹੋਲੇ ਮੱਲੇ ਨੂੰ ਲੈ ਕੇ ਜਿੱਥੇ ਭਾਰੀ ਮਾਤਰਾ ਦੇ ਵਿੱਚ ਸ਼ਰਦਾਲੂ ਪਹੁੰਚ ਰਹੇ ਨੇ ਉੱਥੇ ਹੀ ਦੁਕਾਨਾਂ ਦੇ ਉੱਤੇ ਕਾਫੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਨਪੁੱਤ ਸਾਹਿਬ ਹੋਲੇ ਮੱਲੇ ਨੂੰ ਲੈ ਕੇ ਜਿੱਥੇ ਦੁਕਾਨਾਂ ਸਜੀਆਂ ਹੋਈਆਂ ਹੈ ਕਾਫੀ ਭਾਰੀ ਮਾਤਰਾ ਦੇ ਸ਼ਰਦਾਲੂ ਪਹੁੰਚ ਰਹੇ ਨੇ ਉੱਥੇ ਹੀ ਜਿਹੜੇ ਲੋਕ ਹੈ ਖਰੀਦਾਰੀ ਕਰਨ ਵਾਸਤੇ ਪਹੁੰਚ ਰਹੇ ਨੇ ਆਪਣੇ ਵਾਸਤੇ ਆਪਣੇ ਘਰ ਵਾਸਤੇ ਘਰ ਵਾਲਿਆਂ ਵਾਸਤੇ ਖਰੀਦਾਰੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਭਾਰੀ ਮਾਤਰਾ ਦੇ ਵਿੱਚ ਸ਼ਰਦਾਲੂ ਪਹੁੰਚੇ ਹੋਏ ਨੇ ਉੱਥੇ ਦੁਕਾਨਦਾਰਾਂ ਦੇ ਉੱਤੇ ਵੀ ਕਾਫੀ ਚਿਹਰੇ ਦੇ ਉੱਤੇ ਕਾਫੀ ਰੌਣਕ ਦੇਖਣ ਨੂੰ ਮਿਲਦੀ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹਾਂ ਦੁਕਾਨ ਦੁਕਾਨ ਤੁਹਾਡੀ ਆਪਣੀ ਹੈ ਜਾਂ ਕਿਰਾਏ ਦੀ ਹੈ ਦੁਕਾਨ ਕਿਰਾਏ ਦੀ ਹੈ ਜੀ ਹਾਂ ਜਿੱਦਾਂ ਹੋਲਾ ਮਹਲਾ ਸ਼ੁਰੂ ਹੋ ਚੁੱਕਾ ਹੈਗਾ ਔਰ ਜੇ ਦੇਖਿਆ ਜਾਵੇ ਸੰਗਤ ਦੇ ਵਿੱਚ ਕਿੰਨਾ ਜੋਸ਼ ਹੈ ਤਾਂ ਕਾਕਾਂ ਦੇ ਵਿੱਚ ਕਿੰਨੀ ਤੁਸੀਂ ਜ਼ਿਆਦਾ ਦੇਖਦੇ ਪਿਓ ਸੰਗਤ ਦੇ ਵਿੱਚ ਜੋਸ਼ ਹੀ ਹੈ ਜੀ ਤੇ ਦੁਕਾਨਦਾਰੀ ਅਰੇ ਥੋੜੀ ਘਟ ਹੈ ਕਾਰਨ ਕੀ ਇਹ ਘਟ ਹੁੰਦਾ ਕਾਰਨ ਹੁਣ ਕਿਆ ਦੱਸ ਸਕਦੇ ਜੀ ਹੁਣ ਤੁਹਾਨੂੰ ਪਤਾ ਹੀ ਹੈ ਅੱਗੇ ਨਾਲੋਂ ਦੁਕਾਨਦਾਰੀ ਘਟ ਹੈ ਜੀ ਜਿਆਦਾ ਪਿਛਲੀ ਵਾਰੀ ਸੰਗਤ ਜਿਆਦਾ ਸੀ ਜਾਂ ਇਸ ਵਾਰੀ ਸੰਗਤ ਘਟਾ ਹੈ ਪਿਛਲੀ ਵਾਰੀ ਜਿਆਦਾ ਸੰਗਤ ਸੀ ਹਾਂ ਇਹ ਤਾਂ ਘਟ ਹੈ ਦੇਖੋ ਕੱਲ ਜੇ ਸ਼ਾਇਦ ਲੱਗ ਜਣ ਦੋ ਦਿਨ ਵਧੀਆ ਹਾਂ ਬਾਕੀ ਦੇਖੋ ਅੱਗੇ ਪਰਮਾਧਮਾ ਦੇ ਹੱਥ ਹੈ ਉਗੀ ਤੁਸੀਂ ਇਹ ਹੀ ਦੱਸਿਆ ਕਿ ਕਿਰਾਏ ਤੇ ਦੁਕਾਨ ਹੈ ਕਿਰਾਇਆ ਵੀ ਕਾਫੀ ਜਿਆਦਾ ਹੋਣਾ ਲੱਖਾਂ ਰੁਪਏ ਦਾ ਸਾਮਾਨ ਪਾਇਆ ਉੱਥੇ ਇੰਨੀ ਲੇਬਰ ਰੱਖੀ ਹੋਈ ਹੈ ਹਾਂਜੀ ਹਾਂਜੀ ਵਾਸੋਂ ਬਾਕੀ ਤੁਸੀਂ ਸੰਗਤ ਦੇ ਪੁੱਛ ਲਓ ਸੰਗਤ ਦੇ ਨਾਲ ਦੱਸ ਦੇਣਾ ਜੀ ਹੋਰ ਕੀ ਆ ਤੁਸੀਂ ਦੇਖ ਸਕਦੇ ਹੋ ਦੁਕਾਨਦਾਰਾਂ ਦਾ ਇਹ ਕਹਿਣਾ ਹੈ ਕਿ ਦੁਕਾਨਦਾਰੀ ਦੇ ਵਿੱਚ ਕਾਫੀ ਮੰਦਾ ਲੱਗਾ ਹੋਇਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਪਹੁੰਚ ਰਹੇ ਨੇ ਖਰੀਦਦਾਰੀ ਕਰ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਨਨਪੁਰ ਸਾਹਿਬ ਦੀਆਂ ਨੇ ਜਿੱਥੇ ਲੋਕ ਨਤਮਸਤਕ ਹੋਣ ਤੋਂ ਬਾਅਦ ਪਹੁੰਚਦੇ ਨੇ ਖਰੀਦਾਰੀ ਕਰਦੇ ਨੇ ਕਿੰਨਾ ਗ ਅ ਸ਼ਰਧਾਲੂ ਪਹੁੰਚ ਰਹੇ ਨੇ ਦੁਕਾਨਦਾਰੀ ਕਿੱਦਾਂ ਦੀ ਲੱਗ ਰਹੀ ਹੈ ਭਾਜੀ ਤੁਹਾਡੇ ਸਾਹਮਣੇ ਆਨੰਦਪੁਰ ਸਾਹਿਬ ਦੇ ਵਿੱਚ ਹਸਾਰਾ ਮੇਲਾ ਚਾਹੀਦਾ ਤਾਂ ਉਸ ਸਾਹਿਬ ਦਾ ਮੇਲਾ ਇਸ ਵਾਰ ਪਰੇ ਪਰਿਆ ਨਹੀਂ ਚਲੋ ਚੱਲਾ ਫਸਟ ਡੇ ਹੈ ਸ਼ਾਇਦ ਕੱਲ ਨੂੰ ਨੈਕਸਟ ਪਬਲਿਕ ਆਵੇ ਤੇ ਕਰ ਬੱਜ ਗੱਜ ਕੇ ਆਵੇ ਅਸੀਂ ਤਾਂ ਆਪੇ ਇਹ ਕਹਿੰਦੇ ਮਹਾਰਾਜ ਦੇ ਦਰ ਤੇ ਮੇਲਾ ਧੂਮਤਾਵਨਾ ਬਣਾਇਆ ਜਾਵੇ ਠੀਕ ਹੈ ਨਾ ਹਰ ਇਨਸਾਨ ਆਪਣਾ ਜੋ ਵੀ ਸ਼ਰਧਾ ਸ਼ਰਧਾ ਦੇ ਪੂਰਬਿਕ ਨਾਨਕੂ ਸਾਹਿਬ ਜੰਦਾ ਹੈ ਉਹਨਾਂ ਦੀ ਪਵਿੱਤਰ ਧਰਤੀ ਪਰ ਨਮਸਤਕ ਹੋਵੇ ਰੱਬ ਉਹਨਾਂ ਦੀ ਸਾਰੀ ਮਨੋਕਾਮਨਾ ਪੂਰੀਆ ਕਰੇ ਪਿਛਲੀ ਵਾਰ ਇਹਨਾਂ ਨੂੰ ਸੰਗਤ ਘੱਟ ਆ ਜਾਂ ਕਾਕੀ ਘੱਟ ਆ ਇਸ ਵਾਰ ਪਹਿਲਾ ਮੇ ਪਹਿਲੇ ਦਿਨ ਆਉਣ ਕਰਕੇ ਨਾ ਮੇਲੇ ਦਾ ਪਤਾ ਲੱਗਾ ਕੀਰਤਪੁਰ ਸਾਹਿਬ ਅੱਜ ਲਾਸਟ ਦਿਨ ਦਾ ਇਸ ਕਰਕੇ ਮੇਲਾ ਭਰਨ ਦੀ ਪੂਰੀ ਸੰਭਾਵਨਾ ਕੱਲ ਨੂੰ ਪੂਰੀ ਹੈਗੀ ਤੁਸੀਂ ਦੇਖ ਸਕਦੇ ਹੋ ਦੁਕਾਨਦਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਦੁਕਾਨਦਾਰੀ ਦੇ ਵਿੱਚ ਕਾਫੀ ਮੰਦੀ ਅ ਦੇਖਣ ਨੂੰ ਮਿਲ ਰਹੀ ਹੈ ਦੁਕਾਨਦਾਰਾਂ ਦੇ ਚਿਹਰੇ ਦੇ ਉੱਤੇ ਜੋ ਰੌਣਕ ਹੋਣੀ ਚਾਹੀਦੀ ਹੈ ਹਲੀ ਤੱਕ ਉਹ ਰੌਣਕ ਨਹੀਂ ਹੈ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਦੁਕਾਨਦਾਰੀ ਦੇ ਵਿੱਚ ਮੰਦਾ ਹੈ ਜਿਸ ਨੂੰ ਲੈ ਕੇ ਚਿਹਰਿਆਂ ਦੇ ਉੱਤੇ ਉਹਨਾਂ ਦੇ ਰੌਣਕ ਨਹੀਂ ਹੈ ਕੈਮਰਾ ਮੈਂ ਜਤਿੰਦਰ ਦੇ ਨਾਲ ਵਿਨੈਕ ਸ਼ਰਮਾ ਦੈਨਿਸ ਵੈਲਾ ਟੀਵੀ ਨੰਨਪੁਰ ਸਾਹਿਬ